ਹਾਂਜੀ, ਸਵਾਗਤ ਆ ਤੁਹਾਡਾ ਖਤਰਾ LSIK YouTube ਚੈਨਲ 'ਤੇ, ਜਿੱਥੇ ਤੁਸੀਂ ਬਹੁਤ ਕੁਝ ਪੰਜਾਬੀ ਦੇ ਵਿੱਚ ਸਿੱਖ ਸਕਦੇ ਹੋ। ਇਹ ਮੌਸਮ ਦੀ ਵੀਡੀਓ ਜੀ 21-22 ਅਤੇ 24 ਅਕਤੂਬਰ ਨੂੰ, ਜਦੋਂ ਕਿ ਦੱਸਿਆ ਜਾ ਰਿਹਾ ਜੀ ਵੀ ਇੱਕ ਵੈਸਟਰਨ ਡਿਸਟਰਬੈਂਸ ਦੇ ਕਾਰਨ ਤੇਜ਼ ਹਵਾਵਾਂ ਨਾਲ ਬਾਰਿਸ਼ ਅਤੇ ਕੁਝ ਜ਼ਿਲ੍ਹਿਆਂ 'ਚ ਜਿਹੜੇ ਗੜੇ ਵੀ ਆ ਸਕਦੇ ਆ, ਉਹਨਾਂ ਦੀ ਲਿਸਟ ਅਸੀਂ ਤੁਹਾਨੂੰ ਦੱਸਾਂਗੇ ਵੀ ਜਿੱਥੇ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈਗੀ ਜੀ ਇਹ ਦਿਨਾਂ ਦੇ ਵਿੱਚ। 20, 21 ਅਤੇ 22 ਅਕਤੂਬਰ ਆ ਜਿਹੜਾ ਜੀ, ਅਤੇ ਉਸ ਤੋਂ ਬਾਅਦ 23 ਅਕਤੂਬਰ, ਇਹ ਦਿਨਾਂ ਦਾ ਮੌਸਮ ਆ ਜਿਹੜਾ ਆਪਾਂ ਦੱਸ ਰਹੇ ਹਾਂ 24 ਤੱਕ। 20, 21, 22 ਅਕਤੂਬਰ ਨੂੰ ਮੌਸਮ ਲਗਭਗ ਸਾਫ਼ ਰਹੂਗਾ। ਪੰਜਾਬ, ਹਰਿਆਣਾ, ਰਾਜਸਥਾਨ, ਇਹ ਤਿੰਨੇ ਰਾਜਾਂ ਦੇ ਵਿੱਚ ਹੀ ਕਿਤੇ ਕਿਤੇ ਹਲਕੀ ਕਣਮਣਕਾਣੀ ਮਾੜੀ ਮੋਟੀ ਹੋ ਜਾਵੇ, ਉਹ ਗੱਲ ਵੱਖਰੀ ਹੈ, ਅਤੇ ਵੈਸੇ ਕੋਈ ਜ਼ਿਆਦਾ ਸੰਭਾਵਨਾ ਨਹੀਂ ਹੈਗੀ ਇਹਦੀ। 23 ਅਕਤੂਬਰ ਨੂੰ ਜਿਹੜਾ ਮੇਨ ਦਿਨ ਹੈਗਾ, 23-24 ਅਕਤੂਬਰ ਨੂੰ, 23 ਅਕਤੂਬਰ ਨੂੰ 25 ਤੋਂ 50% ਜਿਹੜਾ ਏਰੀਆ ਕਵਰ ਹੋ ਸਕਦਾ ਪੰਜਾਬ ਦਾ, 25 ਤੋਂ 50% ਪੂਰੇ ਪੰਜਾਬ ਦੇ ਜਿਹੜਾ ਅੱਧ ਏਰੀਏ 'ਚ ਮੀਂਹ ਪੈ ਸਕਦਾ, ਉਹ ਜ਼ਿਲ੍ਹੇ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਹੁਣੇ। ਅਤੇ ਕਿਤੇ ਕਿਤੇ ਜਿਹੜੀ ਗੜੇਮਾਰੀ ਵੀ ਹੋ ਸਕਦੀ ਹੈ, ਜਿਹੜੇ ਜ਼ਿਲ੍ਹਿਆਂ 'ਚ ਆਪਾਂ ਇਹ ਸੰਭਾਵਨਾ ਉਹ ਦੱਸੀ ਜਾ ਰਹੀ ਹੈ। ਭਾਰਤੀ ਮੌਸਮ ਵਿਭਾਗ ਦੀ ਸਾਈਟ 'ਤੇ ਜਾ ਕੇ ਵੀ ਤੁਸੀਂ ਦੇਖ ਸਕਦੇ ਹੋ। ਇਹ ਜ਼ਿਲ੍ਹੇ ਨੇ ਜੀ ਪਠਾਨਕੋਟ, ਗੁਰਦਾਸਪੁਰ, ਸ਼੍ਰੀ ਅੰਮ੍ਰਿਤਸਰ ਸਾਹਿਬ, ਤਰਨ ਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਅਤੇ ਹਰਿਆਣੇ ਦੇ ਜ਼ਿਲ੍ਹੇ ਜੀ ਸਿਰਸਾ, ਹਿਸਾਰ, ਫਤਿਆਬਾਦ, ਜੀਂਦ, ਭਵਾਨੀ, ਅਤੇ ਰਾਜਸਥਾਨ ਦੇ ਜ਼ਿਲ੍ਹੇ ਆ ਗੰਗਾਨਗਰ ਅਤੇ ਹਨੂਮਾਨਗੜ੍ਹ। ਇਹ ਜ਼ਿਲ੍ਹਿਆਂ ਦੇ ਵਿੱਚ ਹੀ ਤੇਜ਼ ਹਵਾਵਾਂ ਨਾਲ ਮੀਂਹ ਅਤੇ ਕਿਤੇ ਕਿਤੇ ਗੜੇ ਵੀ ਜਿਹੜੇ ਪੈ ਸਕਦੇ ਹੈਗੇ, ਇਹ ਸੰਭਾਵਨਾ 25 ਤੋਂ 50% ਏਰੀਏ ਦੇ ਵਿੱਚ ਹੈਗੀ ਹੈ। ਇਹ ਜੈਲੋ ਵਾਰਨਿੰਗ ਹੈ ਜੀ, ਇਹ ਤੁਸੀਂ ਭਾਰਤੀ ਮੌਸਮ ਵਿਭਾਗ ਦੀ ਸਾਈਟ 'ਤੇ ਜਿਹੜਾ ਦੱਸਿਆ ਗਿਆ ਹੈਗਾ, ਇਹ ਬਦਲ ਵੀ ਸਕਦੀ ਉਸ ਤੋਂ ਪਹਿਲਾਂ, ਪਰ ਹਾਲੇ ਜਿਹੜੀ ਇਹ ਸੰਭਾਵਨਾ ਦੱਸੀ ਜਾ ਰਹੀ ਹੈ। ਪਹਿਲਾਂ ਵੀ ਕਈ ਜ਼ਿਲ੍ਹਿਆਂ ਦੇ ਵਿੱਚ, ਹਿਸਾਰ ਅਤੇ ਹਰਿਆਣੇ ਦੇ ਕਈ ਜ਼ਿਲ੍ਹਿਆਂ 'ਚ ਕਾਫੀ ਜ਼ਿਆਦਾ ਗੜੇਮਾਰੀ ਹੋਈ 1-2 ਦਿਨ ਪਹਿਲਾਂ, ਜਿਹਦੇ ਨਾਲ ਬਹੁਤ ਜ਼ਿਆਦਾ ਨਰਮਿਆਂ ਦਾ ਨੁਕਸਾਨ ਹੋਇਆ ਅਤੇ ਝੋਨਿਆਂ ਦਾ। ਅਤੇ ਇਹ ਜੀ ਅਪਡੇਟ ਆਪਣੀ 23 ਤਰੀਕ ਨੂੰ, ਜਿਹੜਾ ਮੇਨ ਦਿਨ ਹੈ ਇਹ, 23 ਤਰੀਕ ਨੂੰ ਜਿਹੜਾ ਮੌਸਮ ਹੈ ਖਰਾਬ ਰਹਿ ਸਕਦਾ ਗਾ। ਅਤੇ ਇਹ ਜਿਹੜੇ ਜ਼ਿਲ੍ਹੇ ਆ ਪੰਜਾਬ ਦੇ, ਤੁਹਾਨੂੰ ਦੱਸੇ ਇਹਨਾਂ ਜ਼ਿਲ੍ਹਿਆਂ ਤੋਂ ਬਗੈਰ, ਜਿਵੇਂ ਕਿ ਬਠਿੰਡੇ ਦੇ ਨਾਲ ਮਾਨਸਾ ਦਾ ਜੋ ਏਰੀਆ ਲੱਗਦਾ, ਜਾਂ ਹੋਰ ਕੁਝ ਜ਼ਿਲ੍ਹੇ, ਇੱਥੇ ਵੀ ਬਾਰਿਸ਼ ਹੋ ਸਕਦੀ ਹੈ। ਬਾਕੀ ਜਿਹੜੇ ਜ਼ਿਲ੍ਹਿਆਂ ਦਾ ਨਾਂ ਨਹੀਂ ਦੱਸਿਆ ਗਿਆ ਇਸ ਦੇ ਵਿੱਚ, ਉੱਥੇ ਬਾਰਿਸ਼ ਦੀ ਗੜਿਆਂ ਦੀ ਘੱਟ ਸੰਭਾਵਨਾ ਜੀ। ਵੀਡੀਓ ਤੁਹਾਨੂੰ ਚੰਗੀ ਲੱਗੀ ਨੂੰ ਲਾਈਕ ਜ਼ਰੂਰ ਕਰੋ ਜੀ, ਅਤੇ ਹੋਰ ਵੀ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰੋ। ਜੇਕਰ ਤੁਸੀਂ ਝੋਨਾ ਵਗੈਰਾ ਵਢਾਉਣਾ ਹੈ ਤਾਂ ਵਢਾ ਲਓ, ਅਤੇ ਮੰਡੀ ਵਗੈਰਾ 'ਚ ਸਿੱਟਣਾ ਤਾਂ ਉੱਥੇ ਤਰਪਾਲ ਵਗੈਰਾ ਦਾ ਪ੍ਰਬੰਧ ਜ਼ਰੂਰ ਕਰਕੇ ਰੱਖੋ, ਤਾਂ ਕਿ ਮੌਕੇ 'ਤੇ ਕੋਈ ਨੁਕਸਾਨ ਨਾ ਹੋਵੇ। ਕਿਉਂਕਿ ਕਈ ਮੰਡੀਆਂ ਹੁੰਦੀਆਂ ਪਾਣੀ ਦੀਆਂ, ਭਰ ਕੇ ਉਹ ਝੋਨਾ ਜਿਹੜਾ ਰੁੜਨ ਲੱਗ ਜਾਂਦਾ, ਜਾਂ ਮੰਨ ਲਓ ਹਲਕੀ ਬਾਰਿਸ਼ ਵੀ ਹੋ ਗਈ ਤਾਂ ਸਿੱਲ ਜ਼ਿਆਦਾ ਹੋ ਜਾਂਦੀ ਹੈ, ਤਾਂ ਉਹਦਾ ਤੁਸੀਂ ਪ੍ਰਬੰਧ ਰੱਖ ਸਕਦੇ ਹੋ। ਝੋਨਾ ਕਿਸੇ ਦਾ 20, 21, 22 ਤੱਕ ਵੱਢਿਆ ਜਾ ਸਕਦਾ ਤਾਂ ਜ਼ਰੂਰ ਵੱਢ ਲਓ ਪਹਿਲਾਂ, ਕਿਉਂਕਿ ਬਾਅਦ ਦੇ ਵਿੱਚ ਨੁਕਸਾਨ ਆ ਜਿਹੜਾ ਹੋ ਸਕਦਾ। ਜੇਕਰ ਕਿਸੇ ਦਾ ਹਰਾ ਝੋਨਾ ਹਜੇ, ਉਹਦਾ ਕੋਈ ਹੱਲ ਨਹੀਂ, ਹਜੇ 2-4 ਦਿਨ ਲੰਘ ਸਕਦੇ ਨੇ। ਅਤੇ ਬਾਕੀ ਵੀਡੀਓ ਚੰਗੀ ਲੱਗੀ ਲਾਈਕ ਜ਼ਰੂਰ ਕਰੋ, ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰੋ, ਹੋਰ ਵੀ ਅਜਿਹੀਆਂ ਵੀਡੀਓਸ ਇਸ ਚੈਨਲ 'ਤੇ ਆਉਂਦੀਆਂ ਰਹਿੰਦੀਆਂ ਨੇ। ਧੰਨਵਾਦ ਜੀ।